ਬੀਤੇ ਦਿਨਾਂ ਤੋਂ ਜੰਮੂ ਕਸ਼ਮੀਰ ਅਤੇ ਹਿਮਾਚਲ 'ਚ ਹੋਈ ਤੇਜ਼ ਵਰਖਾ ਕਾਰਨ ਦਰਿਆਵਾਂ ਦੇ ਪਾਣੀ ਦਾ ਪੱਧਰ ਵੱਧ ਚੁੱਕਿਆ। ਬੀਤੇ ਦਿਨ ਰਾਵੀ ਦਰਿਆ 'ਚ ਕਰੀਬ 1.5 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਇਸ ਨੂੰ ਲੈ ਕੇ ਅਜਨਾਲਾ ਨਜ਼ਦੀਕ ਪੈਂਦੇ ਪਿੰਡ ਚਾਹੜਪੁਰ 'ਚ ਬੰਨ ਟੁੱਟਣ ਦਾ ਖਤਰਾ ਬਣਿਆ ਹੋਇਆ। ਇਸ ਮੌਕੇ ਪਿੰਡ ਵਾਸੀਆਂ ਨੂੰ ਸਹਿਯੋਗ ਦੇਣ ਦੇ ਲਈ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਪਹੁੰਚੇ। ਉਹਨਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਸਰਕਾਰ ਪਾਸੋਂ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਜ਼ਰੂਰ ਦਵਾਇਆ ਜਾਵੇਗਾ। ਅਸੀਂ ਪਹਿਲਾਂ ਵੀ ਇਹ ਗੱਲ ਕਰਦੇ ਰਹੇ ਹਾਂ, ਕਰਨ ਡੇ ਹਾਂ, ਹੁਣ ਵੀ ਕਰਨ ਡੇ ਹਾਂ। ਇਹ ਜਿਹੜੇ ਮਾਹੌਲ ਹੈ ਇਸ ਟਾਈਮ ਹੜ੍ਹ ਦਾ ਪਾਣੀ ਦਾ ਬਣਿਆ ਆ, ਇਹ ਮਾਹੌਲ ਜਿਹੜਾ ਸੀ ਕੁਝ ਸਨ 88 ਤੱਕ, ਉਦੋਂ ਇਸ ਚੀਜ਼ ਦੀ ਦਹਿਸ਼ਤ ਹੁੰਦੀ ਸੀ ਵੀ ਸਨ 88 ਦੇ ਵਿੱਚ ਵੀ ਹੜ੍ਹ ਆਉਣੇ ਆ, ਹੜ੍ਹ ਆਉਣੇ ਆ। ਉਸ ਟਾਈਮ ਦੇ ਉੱਤੇ ਸਾਨੂੰ ਕੰਬਾ ਦਿੱਤਾ ਸੀ ਸਨ 88 'ਚ, ਪਰ ਹੁਣ ਉਹ ਇੰਨੀ ਦਹਿਸ਼ਤ ਸਾਡੇ 'ਚ ਬਹਿ ਗਈ ਸੀ ਕਿ ਹੁਣ ਫਿਰ ਆਣ ਕੇ ਇਹੋ ਹੀ ਗੱਲ ਚੱਲੀ ਆ ਵੀ ਸਨ ਹੜ੍ਹ ਆਉਣ ਵਾਲੇ ਆ, ਹੜ੍ਹ ਆਉਣ ਵਾਲੇ ਆ। ਹੁਣ ਹੜ੍ਹ ਜਦੋਂ ਪਾਣੀ ਦਾ ਪੱਧਰ ਅਸੀਂ ਆਣ ਕੇ ਵੇਖਿਆ ਆ, ਦਰਿਆ ਦੇ ਉੱਤੇ ਰਹਿੰਦੇ ਹਾਂ, ਇੰਨਾ ਵੱਧਦਾ ਜਾਣ ਡਿਆ ਵੀ ਦਹਿਸ਼ਤ ਇੰਨੀ ਜ਼ਿਆਦਾ ਸਾਡੇ ਪਿੰਡਾਂ 'ਚ ਫੈਲ ਗਈ ਆ ਵੀ ਪਾਣੀ ਵੱਧਦਾ ਜਾਣ ਡਿਆ। ਉਦੋਂ ਫਿਰ ਇਹ ਸੋਚਣ ਡਿਆ ਵੀ ਪਾਣੀ ਵਧਣ ਡਿਆ, ਫਿਰ ਪ੍ਰਸ਼ਾਸਨ ਵੱਲੋਂ ਸਾਨੂੰ ਇਹ ਗੱਲ ਆਈ ਆ ਵੀ ਇਹ ਤੁਸੀਂ ਪਿੰਡ ਛੱਡ ਕੇ ਚੱਲ ਜਾਓ, ਜਾਂ ਪਾਣੀ ਦਾ ਪੱਧਰ ਵੱਧ ਗਿਆ ਜਾਂ ਕੋਈ ਨੁਕਸਾਨ ਨਾ ਹੋ ਜਾਵੇ। ਉਦੋਂ ਬਾਅਦ ਹੁਣ ਅਸੀਂ ਤਿਆਰੀ ਸਾਰੇ ਪਿੰਡਾਂ ਵਾਲਿਆਂ ਨੇ ਸੋਚ ਕੇ ਸੋਚਿਆ ਸੀ ਵੀ ਪਿੱਛੇ ਹਟ ਜਾਈਏ, ਹੋ ਸਕਦਾ 88 ਵਾਲਾ ਹੀ ਮਾਹੌਲ ਨਾ ਕਿਤੇ ਬਣ ਜਾਵੇ। ਪਰ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ MP ਸਾਹਿਬ ਜਿਹੜੇ ਆ, ਉਹਨਾਂ ਨੇ ਆਣ ਕੇ ਹੁਣ ਤਿਆਰੀ ਫੁੱਲ ਤਿਆਰੀ ਸੀ ਸਾਰਿਆਂ ਦੀ ਵੀ ਅਸੀਂ ਵਾਪਸ ਚੱਲ ਜਾਣਾ, ਅਤੇ ਸਰਦਾਰ ਗੁਰਜੀਤ ਸਿੰਘ ਔਜਲਾ ਹੁਣ ਆਣ ਕੇ ਉਹਨਾਂ ਕਿਹਾ ਵੀ ਨਹੀਂ, ਜਦੋਂ ਲੋੜ ਪਊਗੀ ਉਦੋਂ ਤੁਸੀਂ ਵਾਪਸ ਜਾਣਾ, ਪ੍ਰਸ਼ਾਸਨ ਤੁਹਾਡੇ ਨਾਲ ਆ। ਉਹਨਾਂ ਆਣ ਕੇ ਸਵਾਸ ਉਹਨਾਂ ਨੂੰ ਦਵਾ ਦਿੱਤਾ ਆ ਵੀ ਨਹੀਂ, ਅਜੇ ਨਾ ਤੁਸੀਂ ਪਿੱਛੇ ਹਟੋ, ਮੈਂ ਤੁਹਾਡੇ ਨਾਲ ਹਾਂ, ਸਾਰੀ ਰਾਤ ਡਟ ਕੇ ਰਹੂੰਗਾ ਇੱਥੇ। ਵੀ ਜੀ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਾ, ਜਿਹਦੇ ਕਰਕੇ ਆਪਾਂ ਡਰ ਗਏ ਹਾਂ, ਬਹੁਤ ਜ਼ਿਆਦਾ ਡਰ ਗਏ ਹਾਂ। ਬਾਕੀ ਚਲੋ ਸਰਕਾਰਾਂ ਦੀ ਮਿਹਰਬਾਨੀ ਹੈ ਜਾਂ ਸਾਡੇ ਮੈਂਬਰ ਪਾਰਲੀਮੈਂਟ ਸਾਹਿਬ ਸਾਡੇ ਨਾਲ ਆਏ ਨੇ, ਉਹਨਾਂ ਨੇ ਸਾਨੂੰ ਹੌਸਲਾ ਦਿੱਤਾ। ਮਤਲਬ ਸਾਰਾ ਪਿੰਡ ਹੀ ਡਰ ਚੁੱਕਾ ਸੀ ਵੀ ਆਪਾਂ ਇੱਥੋਂ ਛੱਡ ਕੇ ਚਲੇ ਜਾਈਏ, ਬਾਕੀ ਮੈਂਬਰ ਪਾਰਲੀਮੈਂਟ ਸਾਹਿਬ ਆਏ, ਉਹਨਾਂ ਸਾਨੂੰ ਹੌਸਲਾ ਦਿੱਤਾ, ਅਸੀਂ ਹੁਣ ਇਸ ਟਾਈਮ ਬਿਲਕੁਲ ਸਹੀ ਹਾਂ ਸਾਡੇ ਨਾਲ। ਹਾਂਜੀ ਹਾਂਜੀ, ਪ੍ਰਸ਼ਾਸਨ ਨੂੰ ਕਿਹਾ ਗਿਆ ਜੀ ਵੀ ਪਿੰਡ ਖਾਲੀ ਕਰ ਦਿਓ, ਅਸੀਂ ਨਹੀਂ ਕੀਤਾ। ਬਾਕੀ ਇਹਨਾਂ ਨੇ ਸਾਨੂੰ ਕਾਲ ਕੀਤੀ ਵੀ ਤੁਹਾਨੂੰ ਲੋੜ ਨਹੀਂ ਆ ਪਿੰਡ ਛੱਡ ਕੇ ਜਾਣ ਦੀ, ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਨਾਲ ਡਟੇ ਹਾਂ, ਤੁਹਾਡੇ ਨਾਲ ਜਿੱਥੇ ਤੁਹਾਨੂੰ ਹੁਣ ਲੋੜ ਪੈਂਦੀ ਹੈ ਸਾਡੀ ਅਸੀਂ ਉੱਥੇ ਹਾਜ਼ਰ ਹੋਵਾਂਗੇ। ਅੱਜ ਰਾਤ ਸਾਡੇ ਕੋਲ ਸਾਨੂੰ ਮੁਸ਼ਕਲਾਂ ਬਹੁਤ ਜ਼ਿਆਦਾ ਆਉਂਦੀਆਂ ਜੇ, ਪਹਿਲਾਂ ਵੀ ਮੁਸ਼ਕਲਾਂ ਆਉਂਦੀਆਂ ਸੀ ਜਾਣ ਆਉਂਦੀਆਂ, ਸਾਡੀਆਂ ਜ਼ਮੀਨਾਂ ਦਰਿਆਓ ਪਾਰ ਆ, ਜਾਣ ਦੀ ਬੜੀ ਤੰਗੀ ਆਉਂਦੀ ਸੀ। ਇਹਨਾਂ ਕੋਲ ਆਪਾਂ ਗੁਹਾਰ ਕੀਤੀ, ਇਹਨਾਂ ਸਾਨੂੰ ਇੱਕ ਬੇੜਾ ਦਿੱਤਾ, ਉਹ ਬੇੜਾ ਹੁਣ ਇਸ ਟਾਈਮ ਸਹੀ ਹੈ, ਬਿਲਕੁਲ ਪ੍ਰੋਪਰ ਅਸੀਂ ਸਹੀ ਜਾਣ ਡੇ ਹਾਂ, ਸਾਡੇ ਟਰੈਕਟਰ ਟਰਾਲੀਆਂ ਪਾਰ ਜਾਂਦੇ ਆ, ਸਾਡੀ ਸਾਰੀ ਵਾਹੀ ਦਰਿਆਓ ਪਾਰ ਆ। ਵੀਰ ਜੀ ਹੁਣਾਂ ਨੇ ਸਾਨੂੰ ਬਹੁਤ ਸਹੂਲਤਾਂ ਦਿੱਤੀਆਂ ਨੇ, ਹੁਣ ਇਸ ਟਾਈਮ ਵੀ ਸਾਡੇ ਨਾਲ ਉਹ ਡਟੇ ਨੇ, ਰਾਤ ਇੱਥੇ ਦਰਿਆਵੀ ਰਾਵੀ ਦੇ ਉੱਤੇ ਬਿਲਕੁਲ ਅਸੀਂ ਤੈਨਾਤ ਹਾਂ, ਸਾਰੇ ਨਾਲ ਹੀ ਉਹਨਾਂ ਦੇ ਪਿੰਡ ਵਾਲੇ ਆਪਾਂ ਜਿੰਨੇ ਵੀ ਆ ਉਹ ਸਾਡੇ ਨਾਲ ਆ, ਬਿਲਕੁਲ ਸਾਡੇ ਨਾਲ ਵਿੱਚ। ਮੀਂਹ ਆਉਂਦਾ ਭਾਅ ਜੀ, ਜਿੱਦਾਂ ਵੇਖੋ ਜੀ ਹੁਣ ਬਰਸਾਤ ਦੇ ਇਹਦੇ ਪਾਣੀ ਦੇ ਵਹਾਅ ਦੇ ਨਾਲ ਹੁਣ ਤਾਂ ਪਹਿਲਾਂ ਅਸੀਂ ਸਵੇਰੇ ਵੇਖਿਆ ਉਹਦੇ ਨਾਲੋਂ 2.5-3 ਫੁੱਟ ਤਾਂ ਆ ਗਿਆ ਜੀ ਪਾਣੀ ਹੁਣ, ਅਤੇ ਬਹੁਤ ਨੁਕਸਾਨ ਹੋਇਆ ਜੇ, ਮਤਲਬ ਕਿ ਸਾਡੀਆਂ ਫਸਲਾਂ ਦਾ, ਸਾਡੇ ਮਤਲਬ ਕਿ ਗਾਂ ਅੱਗੇ ਬੱਚਿਆਂ ਦੇ ਉਹਨਾਂ ਦੇ ਸਿਰੋਂ ਅਸੀਂ ਖਰਚਾ ਕੱਢ ਕੇ ਥੋੜ੍ਹਾ ਬਹੁਤਾ ਜਿੱਦਾਂ ਬੱਚਿਆਂ ਦਾ ਸਾਰਦੇ ਆ, ਥੋੜ੍ਹੇ ਬਹੁਤੇ ਰੋਟੀ ਪਾਣੀ ਦਾ, ਸਰਕਾਰ ਕੋਲ ਮੁਆਵਜ਼ੇ ਦੀ ਮੰਗ ਕਰਦੇ ਹਾਂ ਜੀ, ਜੇ ਮਿਲ ਜਾਏ ਤਾਂ ਬਹੁਤ ਸਰਕਾਰ ਦੀ ਮਿਹਰਬਾਨੀ ਹੈ ਜੀ। ਹਾਂਜੀ, ਸਾਡਾ ਨਾ ਰਾਵੀ ਦਰਿਆ ਦੇ ਨਾਲ ਅਜਨਾਲੇ ਹਲਕੇ ਦਾ ਅਤੇ ਰਾਜਸਥਾਨ ਸੀ ਹਲਕੇ ਦਾ ਕਾਫੀ ਏਰੀਆ ਲੱਗਦਾ ਹੈ, ਔਰ ਤੁਹਾਨੂੰ ਪਤਾ ਕੁਦਰਤੀ ਆਫਤ ਬਰਸਾਤ ਦੀ ਬਹੁਤ ਜ਼ਿਆਦਾ ਹੋਈ ਆ, ਅਤੇ ਪਰੇਸ਼ਾਨੀ ਅੰਮ੍ਰਿਤਸਰ ਸ਼ਹਿਰ 'ਚ ਵੀ ਸੀ, ਦਿਆਤ 'ਚ ਵੀ, ਕਿਉਂਕਿ ਰਾਇਆ ਦਰਿਆ ਲੱਗਦਾ ਆ, ਉੱਪਰ ਵੀ ਬਰਸਾਤ ਹੋਈ ਆ ਪਹਾੜਾਂ 'ਤੇ ਵੀ, ਔਰ ਉੱਥੋਂ ਗੇਟ ਖੋਲ੍ਹ ਦਿੱਤੇ ਗਏ ਆ ਡੈਮਾਂ ਦੇ, ਉਹਦੇ ਨਾਲ ਇਹ ਪਾਣੀ ਦਾ ਪੱਧਰ ਉੱਚਾ ਹੋ ਗਿਆ, ਔਰ ਇਹਦੇ ਨਾਲ ਇੱਥੇ ਕਿਸਾਨਾਂ ਦੀਆਂ ਫਸਲਾਂ ਵੀ ਆ ਗਈਆਂ ਪਾਣੀ ਦੇ ਮਾਰ ਹੇਠ, ਔਰ ਹੁਣ ਪਾਣੀ ਵੱਧਦਾ ਜਾਂਦਾ ਸੀ। ਸੋ ਇਹਨਾਂ ਨਾਲ ਮੇਰੀ ਗੱਲ ਹੋਈ, ਇਹ ਚਿੰਤਤ ਸਨ, ਔਰ ਇਹਨਾਂ ਨੂੰ ਹੌਸਲਾ ਦੇਣ ਵਾਸਤੇ ਵੀ ਅਸੀਂ ਤੁਹਾਡੇ ਨਾਲ ਹਾਂ, ਸਰਕਾਰ ਤੁਹਾਡੇ ਨਾਲ ਆ, ਬਤੌਰ ਮੈਂਬਰ ਪਾਰਲੀਮੈਂਟ ਤੁਸੀਂ ਚੁਣਿਆ ਸੀ, ਮੈਂ ਵੀ ਤੁਹਾਡੇ ਨਾਲ ਹਾਂ, ਰਾਤ ਤੁਹਾਡੇ ਕੋਲ ਰਵਾਂਗੇ, ਤੁਹਾਡਾ ਦੁੱਖ ਸੁੱਖ ਸਾਡਾ ਦੁੱਖ ਸੁੱਖ ਹੈ, ਕਿਉਂਕਿ ਪੁੱਤਾਂ ਵਾਂਗੂ ਪਾਲੀ ਫਸਲ ਜਿਹੜੀ ਉਹ ਪਾਣੀ 'ਚ ਮਤਲਬ ਚਲੇ ਗਈ ਆ, ਕੁਛ ਦਿਮਾਗ 'ਤੇ ਅਜੇ ਵੀ ਉਹਨਾਂ ਦੇ ਪ੍ਰੈਸ਼ਨ ਚਿੰਨ੍ਹ ਆ। ਮੈਂ ਹੁਣ ਸਾਡੀਆਂ ਮਾਵਾਂ ਭੈਣਾਂ ਸੀ ਬੈਠੀਆਂ, ਸਾਡੇ ਬਜ਼ੁਰਗ ਬੈਠੇ ਸੀ, ਉਹਨਾਂ ਨਾਲ ਖਾਣਾ ਖਾ ਕੇ ਆਏ, ਲੰਗਰ ਖਾਧਾ ਆ,
ਔਰ ਉਹ ਸਾਰਾ ਇਹੀ ਗੱਲ ਚੱਲਦੀ ਰਹੀ ਵੀ ਕਿਵੇਂ ਹੋਵਾਂਗੇ, ਕਿਵੇਂ ਇਹਦੇ ਚੋਂ ਨਿਕਲਿਆ ਜਾਊਗਾ। ਹਰ ਕਿਸੇ ਨੇ ਇਹਦੇ ਅੱਗੇ ਅੱਗੇ ਸੋਚਿਆ ਹੁੰਦਾ ਕਿ ਮੈਂ ਕਿ ਬੱਚੇ ਦੀ ਫੀਸ ਤਾਰਨੀ, ਕਿਸੇ ਬੱਚੇ ਨੂੰ ਐਡਮਿਸ਼ਨ ਦਵਾਉਣੀ ਆ, ਕਿਸੇ ਦਾ ਵਿਆਹ ਦੀ ਗੱਲ ਆ, ਕਿਸੇ ਦੇ ਮਕਾਨ ਬਣਾਉਣੇ ਆ, ਕਿਸੇ ਦੇ ਮਕਾਨ ਦੀ ਛੱਤ ਬਦਲਣੀ ਆ, ਕਿਸੇ ਨੇ ਤਖਤੇ ਲਵਾਉਣੇ ਆ। ਸੋ ਸਾਰਾ ਕੁਛ ਇਹਦੇ ਉੱਤੇ, ਕਿਸੇ ਨੇ ਕਿਸ਼ਤਾਂ ਤਾਰਨੀਆਂ, ਕਿਸੇ ਨੇ ਕਰਜ਼ਾ ਲਾਉਣਾ ਹੈ, ਉਹ ਇਸ ਵੇਲੇ ਕੁਸ਼ਚਨ ਮਾਰਕ ਇੱਕ ਉਹਨਾਂ ਦੇ ਬਣ ਗਿਆ। ਸੋ ਉਹੜਾ ਕੁਸ਼ਚਨ ਮਾਰਕ ਆ, ਮੈਂ ਵੀ ਉਹਨਾਂ ਨਾਲ ਕਾਫ਼ੀ, ਮੈਂ ਕਿਹਾ ਤੁਸੀਂ ਘਬਰਾਓ ਨਾ, ਅਸੀਂ ਤੁਹਾਡੇ ਨਾਲ ਹਾਂ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹਨੂੰ ਪਾਣੀ ਨੂੰ ਛੇਤੀ ਤੋਂ ਛੇਤੀ ਲਵੇ ਅਤੇ ਤੁਹਾਡੀਆਂ ਫਸਲਾਂ ਸੁੱਖ ਸੁੱਖਾਂ ਨਾਲ ਵਾਪਸ ਹੋਣ, ਕਿਉਂਕਿ ਇੱਥੋਂ ਦਰਿਆ ਤੋਂ ਪਾਰ ਕਾਫ਼ੀ 11 ਏਕੜ ਜ਼ਮੀਨ ਆ, ਉਹਦੇ ਜੇ ਮਤਲਬ ਇਸ ਵੇਲੇ 1509 ਫਸਲ ਜ਼ਿਆਦਾ ਹੁੰਦੀ, ਉਹ ਟਾਈਮ ਨਾਲ ਪੱਕੀ ਖੜੀ ਹੈ ਝੋਨੇ ਦੀ, ਉਹ ਇੱਧਰ ਆਉਣੀ ਸੀ, ਹੁਣ ਉਹ ਸਵਾਲ ਹੈ, ਉਹ ਕਾਫ਼ੀ ਅਤੇ ਪਾਣੀ ਫਿਰ ਵੀ ਗਿਆ ਆ, ਹੁਣ ਉਹ ਜੇ ਤਾਂ ਹੁਣ ਇਹ ਲੱਥ ਜੇ ਤਾਂ ਫਿਰ ਹੋ ਸਕਦਾ ਬਚਾਅ ਹੋ ਜਾਏ, ਕਿਉਂਕਿ ਝੋਨਾ ਐਡੀ ਛੇਤੀ ਮਰਦਾ ਨਹੀਂ, ਪਰ ਜਿਹੜਾ ਬਿਲਕੁਲ ਪਾਣੀ ਉੱਤੋਂ ਦੀ ਲੰਘ ਗਿਆ ਉਹਦੇ 'ਤੇ ਦਿੱਕਤ ਆ, ਉਹ ਔਖਾ ਹੋ ਜਾਣਾ।